ਉਥੋਂ ਗੁਜਰਾਂ ਵਾਲੇ ਹੋ ਹਾਂਜੀ ਕਿਉਂ ਕਿਹਨੂੰ ਮਿਲਣ ਆਏ ਹੋ ਜੀ ਨਾ ਦੱਸੋ ਜੀ ਉਹ ਤੁਹਾਡੇ ਪਿਛਲੇ ਪਿੰਡ ਵਾਲਾ ਮੁੰਡਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਵਿਰਕ ਨੂੰ ਹਾਂਜੀ ਅੱਛਾ ਉਹਨਾਂ ਨੂੰ ਤੁਸੀਂ ਮਿਲਣ ਆਏ ਹੋ ਹਾਂਜੀ ਉਹਨੇ ਸੁਨੇਹਾ ਕੱਲਿਆ ਸੀ ਸਾਨੂੰ ਅੱਛਾ ਮੈਨੂੰ ਮੈਂ ਕਿ ਜਾ ਉਹ ਤੁਹਾਡਾ ਜਿਹੜਾ ਪਿਛਲਾ ਪਿੰਡ ਹੈ ਬਦੀਨਪੁਰ ਉੱਥੋਂ ਦੇ ਨੇ ਨਹੀਂ ਉਹ ਤਮੋਲੀ ਦੇ ਨੇ ਹੁਣ ਉੱਥੇ ਰਹਿੰਦੇ ਨੇ ਉੱਥੇ ਰਹਿੰਦੇ ਨੇ ਉਹ ਕਹੀ ਜਾਂਦਾ ਮੇਰੇ ਕੋਲ ਹੈ ਜੀ ਅੱਛਾ ਉਹਨਾਂ ਨੇ ਤੁਹਾਨੂੰ ਆਪਣੀ ਫੁੱਫੀ ਬਣਾ ਲਿਆ ਹਾਂਜੀ ਅੱਛਾ ਅੱਛਾ ਤੁਹਾਡੇ ਤੁਸੀਂ ਸਾਨੂੰ ਦੱਸਿਆ ਸੀ ਨਾ ਤੁਹਾਡੇ ਕੋਲ ਅਸੀਂ ਇੰਟਰਵਿਊ ਲਿਆ ਸੀ ਕਿ ਮੇਰਾ ਵਾਲਦ ਅੱਬਾ ਜੀ ਤੇ ਭਾਈ ਭੈਣ ਉੱਧਰ ਰਹਿ ਗਏ 47 ਪਤਾ ਨਹੀਂ ਲੱਗਿਆ ਉਹਨਾਂ ਨੂੰ ਅੱਜ ਤੱਕ ਇਹ ਫਿਰ ਮਲਵਿੰਦਰ ਵਿਰਕ ਸਾਹਿਬ ਜਿਹੜੇ ਨੇ ਇਹਨਾਂ ਨੂੰ ਫਿਰ ਤੁਸੀਂ ਆਪਣੀ ਕਹਾਣੀ ਸਾਰੀ ਸੁਣਾਈ ਹੈ ਹਾਂਜੀ ਅੱਛਾ ਅੱਛਾ ਇਹਨੇ ਫਿਰ ਸਾਰੇ ਉੱਥੇ ਪੁੱਛਦਾ ਕੀਤੀ ਹੈ ਅੱਛਾ ਵੀ ਕੋਈ ਨਹੀਂ ਮਿਲਿਆ ਮੈਂ ਨਾ ਭਾਈ ਨਾ ਭੈਣ ਨਾ ਮੇਰਾ ਪਿਓ ਅੱਛਾ 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 ਇੱਧਰ ਆਏ ਤੇ ਜਿਹੜੇ ਉਹ ਖਤਮ ਹੋ ਗਏ ਬੱਚੇ ਜਿਉਂਦੇ ਰਹਿਣ ਇਹਨਾਂ ਦਾ ਬਾਲ ਬੱਚਾ ਜਿਉਂਦਾ ਰਹੇ ਬੱਚੇ ਮੇਰੇ ਲਾਇਕ ਨੇ ਇਹ ਹੁਣ ਉਹ ਮਲਵਿੰਦਰ ਨੇ ਮਲਵਿੰਦਰ ਨਾ ਸੁਖਵਿੰਦਰ ਵਿੰਦਰ ਵਿਰਕ ਸਾਹਿਬ ਨੇ ਤੁਹਾਨੂੰ ਆਪਣੀ ਫੁੱਫੀ ਬਣਾ ਲਿਆ ਬੜੀ ਅੱਛੀ ਗੱਲ ਤੁਸੀਂ ਫਿਰ ਉਹਨਾਂ ਨੂੰ ਆਪਣੇ ਇਸ ਪੁੱਤਰੀਏ ਦੀ ਮੁਹੱਬਤ ਵਾਸਤੇ ਗੁਜਰਾਂ ਵਾਲਿਓ ਮਿਲਣਾ ਮਿਲਣਾ ਤੇ ਤੁਹਾਨੂੰ ਫਿਰ ਮਿਲ ਕੇ ਕੀ ਖੁਸ਼ੀ ਹੋਈ ਹੈ ਸਕੂਨ ਹੋਇਆ ਇਹ ਜਿਹੜਾ ਭੈਣ ਭਾਈ ਕਰੇ ਨਾ ਇੱਜ਼ਤ ਉਹਦੀ ਆਪ ਵੀ ਕਰਨੀ ਉਹਦਾ ਪਿਆਰ ਖਾਣਾ ਪੈਂਦਾ ਉਹ ਮੁੰਡੇ ਨੇ ਬੜਾ ਹੀ ਰੋਜ਼ ਫੋਨ ਕਰਦਾ ਦੀ ਮੇਰੀ ਫੁੱਫੋ ਨਾਲ ਗੱਲ ਕਰਾ ਦਿਓ ਮੇਰੀ ਫੁੱਫੋ ਨਾਲ ਗੱਲ ਕਰਾ ਦਿਓ ਅੱਛਾ ਅੱਛਾ ਪਿੱਲਾ ਜਿਉਂਦਾ ਰਹੇ ਅੱਲੇ ਦਾ ਬਾਲ ਬੱਚਾ ਜਿਉਂਦਾ ਰਹੇ ਸਭ ਦਾ ਹੀ ਬਾਲ ਬੱਚਾ ਜਿਉਂਦਾ ਰਹੇ ਅੱਲਾ ਦਾ ਤੰਦਰੁਸਤੀ ਦਾ ਹੈ ਬਾਲ ਬਾਲ ਜ਼ਿੰਦਗੀ ਦਾ ਹੈ ਚਲੋ ਵਿਰਕ ਸਾਹਿਬ ਆਉਂਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਮਿਹਰਬਾਨੀ ਵਿਰਕ ਸਾਹਿਬ ਅਸੀਂ 2 ਮਿੰਟ ਤੁਹਾਡੇ ਨਾਲ ਮੁਖਾਤਬ ਹੋਣਾ ਚਾਹੁੰਦੇ ਹਾਂ ਆਪਣੇ ਕੀਮਤੀ ਵਕਤ ਤੋਂ ਸਾਨੂੰ ਵਕਤ ਦਿਓ ਕਿਹੜੇ ਬਜ਼ੁਰਗ ਨੇ ਤੁਹਾਨੂੰ ਮਿਲਣ ਆਏ ਨੇ ਇਹ ਕਿਸ ਸਿਲਸਿਲੇ ਤੁਹਾਨੂੰ ਮਿਲਣ ਆਏ ਨੇ ਤੁਹਾਡਾ ਇਹਨਾਂ ਦਾ ਕੀ ਵਾਸਤਾ ਹੈ ਸਾਰਿਆਂ ਤੋਂ ਪਹਿਲਾਂ ਜੀ ਅਸਲਾਮ ਅਲੈਕੁਮ ਸਾਰਿਆਂ ਨੂੰ ਆਨੰਦ ਸਾਹਿਬ ਦੇ ਦਰਬਾਰ 'ਤੇ ਆਏ ਹਾਂ ਜੀ ਅਤੇ ਜਿੱਥੇ ਸਾਡੀ ਇਹ ਦਿਲ ਦੀ ਤਮੰਨਾ ਅੱਜ ਪੂਰੀ ਹੋਈ ਆ ਅਤੇ ਉਹਦੇ ਲਈ ਅਸੀਂ ਇਮਰਾਨ ਖਾਨ ਸਾਹਿਬ ਦਾ ਵੀ ਥੈਂਕਸ ਕਰਨੇ ਹਾਂ ਜੀ ਅਤੇ ਚਲੋ ਸਾਡੀ ਸਰਕਾਰ ਦਾ ਵੀ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਉਹਨਾਂ ਦੀ ਬਦੌਲਤ ਹੀ ਅੱਜ ਮਿਲੇ ਹਾਂ ਜੀ ਸਾਰੇ ਜੀ ਜੀ ਅਤੇ ਇਹ ਅੰਮੀ ਜੀ ਇੱਕ ਇਤਫਾਕ ਹੈ ਕਿ ਸਾਡੇ ਬਜ਼ੁਰਗ ਤਮੋਲੀ ਤੋਂ ਇੰਡੀਆ ਸ਼ਿਫਟ ਹੋਏ ਤਮੋਲੀ ਵੀ ਕਨੇਡਾ ਗੁਜਰਾਂ ਵਾਲੇ ਹਾਂਜੀ ਸਾਧੂਗੀ ਦੇ ਕੋਲ ਅਤੇ ਇਹ ਜਿਸ ਪਿੰਡ ਦੇ ਅੰਮੀ ਜੀ ਜਿਨ੍ਹਾਂ ਦਾ ਜਿੱਥੋਂ ਦਾ ਜਨਮ ਹੈ ਉਸ ਪਿੰਡ 'ਚ ਸਾਡੇ ਵਾਰਿਸ ਚਲੇ ਗਏ ਅਤੇ ਇਹ ਸਾਡੇ ਵਾਲੇ ਪਿੰਡ 'ਚ ਆ ਗਏ ਅੱਛਾ ਅੱਛਾ ਅਤੇ ਉਦੋਂ ਇਹਨਾਂ ਦੀ ਉਮਰ ਹੈ ਸੀ 14-15 ਵਰ੍ਹਿਆਂ ਦੀ ਇਹਨਾਂ ਨੂੰ ਸਾਰਾ ਪਤਾ ਉੱਥੋਂ ਦਾ ਉੱਧਰ ਅਤੇ ਚਲੋ ਜੀ ਉਦੋਂ ਇੱਕ ਜ਼ੁਲਮ ਸਿਤਮ ਦਾ ਦੌਰ ਸੀ ਜਿਹੜਾ ਇਹਨਾਂ ਨੂੰ ਵੀ ਹੰਢਾਉਣਾ ਪਿਆ ਹੈ ਨਾ ਜੀ ਜੀ ਅਤੇ ਅਸੀਂ ਫਿਰ ਇੱਕ ਪਿੰਡ ਦੇ ਜੰਮਪਾਲ ਹਾਂ ਜੀ 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 ਅਤੇ ਇਦੋਂ ਵੱਡਾ ਫਰਿਸ਼ਤਾ ਕੀ ਹੋ ਬੜਾ ਬੜਾ ਸਾਡੇ ਤੇ ਫੁੱਫੀ ਵੀ ਮਿੱਟੀ ਦਾ ਰਿਸ਼ਤਾ ਹੈ ਨਾ ਬਿਲਕੁਲ ਠੀਕ ਅਤੇ ਸਾਡਾ ਫਿਰ ਦਰਦ ਵੀ ਸਾਂਝਾ ਸਾਡੇ ਜੀ ਵੀ ਵਿਛੜੇ ਉਦੋਂ ਇਹਨਾਂ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹੜਾ ਪੂਰਾ ਹੀ ਨਹੀਂ ਹੋ ਸਕਦਾ ਅੱਛਾ ਠੀਕ ਹੈ ਨਾ ਜੀ ਅਤੇ ਇੱਕ ਮਤਲਬ ਕਿ ਸਾਡਾ ਮਿੱਟੀ ਦਾ ਰਿਸ਼ਤਾ ਜੀ ਇਹਨਾਂ ਦੇ ਨਾਲ ਬਹੁਤ ਅੱਛਾ ਕੀਤਾ ਜੀ ਤੁਸੀਂ ਵਿਰਕ ਸਾਹਿਬ ਬਹੁਤ ਬੜਾ ਇੱਕ ਸਬੂਤ ਦਿੱਤਾ ਹੈ ਇਹ ਆਪਣੀ ਜਿਹੜੀ ਹੈ ਨਾ ਜੀ ਇੱਕ ਜਗ੍ਹਾ ਦੇ ਹੋਣ ਦਾ 75 ਸਾਲ ਦਾ ਜਿਹੜਾ ਵਿੱਚ ਵਕਫ ਹੈ ਉਹਨੂੰ ਤੁਸੀਂ ਬਿਲਕੁਲ ਕਰੀਬ ਕਰ ਦਿੱਤਾ 75 ਮਿੰਟ 'ਚ ਕਰ ਦਿੱਤਾ ਅਤੇ ਤੁਹਾਡਾ ਬੜਾ ਵੱਡਾ ਅਮਲ ਹੈ ਜੀ ਇਹਨਾਂ ਬਜ਼ੁਰਗਾਂ ਨਾਲ ਇਸ ਨਾਤੇ ਨਾਲ ਆਪਣਾ ਤਲਕ ਵਾਸਤਾ ਰੱਖਣਾ ਕਿ ਇਹ ਤੁਹਾਡਾ ਪਿੰਡ ਜਿਹੜਾ ਹੁਣ ਇਹ ਤੁਹਾਡੇ ਪਿੰਡ ਤਮੋਲੀ 'ਚ ਨੇ ਅਤੇ ਇਹਨਾਂ ਦਾ ਪਿੰਡ ਜਿਹੜਾ ਪਿਛਲਾ ਉਹ ਤੁਹਾਡਾ ਬਦੀਨਪੁਰ ਜ਼ਿਲ੍ਹਾ ਮੇਰੇ ਖਿਆਲ ਦਾ ਜ਼ਿਲ੍ਹਾ ਹੁਣ ਪਹਿਲਾਂ ਪਟਿਆਲਾ ਸੀਗਾ ਜੀ ਹੁਣ ਫਤਿਹਗੜ੍ਹ ਸਾਹਿਬ ਅੱਛਾ ਵਿਰਕ ਸਾਹਿਬ ਤੁਸੀਂ ਤਾਂ ਮੇਰੇ ਆਏ 2-4 ਵਾਰੀ ਪਾਕਿਸਤਾਨ
ਲੁਧਿਆਣੇ ਚ ਜੀ ਹਾਂ ਜੀ ਹਾਂ ਤੁਸੀਂ ਵੀਰਕ ਸਾਹਿਬ ਤੁਸੀਂ ਅੱਜ ਇੱਥੇ ਇੱਕ ਮੈਨੂੰ ਹੋਰ ਵੀ ਪਤਾ ਹੈ ਥੋੜ੍ਹਾ ਤੁਹਾਡਾ ਪਾਕਿਸਤਾਨ 'ਚ ਇੱਕ ਬੜਾ ਗਹਿਰਾ ਤਲਕ ਹੈ ਚੌਧਰੀ ਆਸ਼ਿਕ ਗੋਵਿੰਦਲ ਸਾਹਿਬ ਨੇ ਤੁਹਾਨੂੰ ਮੂੰਹ ਮੇਲਾ ਬੇਟਾ ਬਣਾਇਆ ਜੀ ਬਿਲਕੁਲ ਉਹ ਵੀ ਤਸ਼ਰੀਫ ਲਿਆਏ ਨੇ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਅਸੀਂ ਗੱਲ ਕਰਾਂਗੇ ਥੋੜ੍ਹੇ ਦੂਰ ਗਏ ਨੇ ਕਿਸੇ ਨੂੰ ਕਹਿੰਦੇ ਬੁਲਾ ਦੇਣ ਕੋਈ ਥੋੜ੍ਹੀ ਤਕਲੀਫ ਕਰੋ ਜੀ ਉਹ ਚੌਧਰੀ ਸਾਹਿਬ ਅੱਛਾ ਨਹੀਂ ਤੁਹਾਡੇ ਨਾਲ ਵਾ ਕੇ ਅਤੇ ਕੋਈ ਕੋਸ਼ਿਸ਼ ਕਰੋ ਜੀ ਜ਼ਰਾ ਚੌਧਰੀ ਸਾਹਿਬ ਨੂੰ ਬੁਲਾ ਦਿਓ ਉਹ ਪੱਗ ਵਾਲੇ ਚੌਧਰੀ ਸਾਹਿਬ ਉਹਨਾਂ ਨੂੰ ਬੁਲਾ ਕੇ ਲਿਆਓ ਜੀ ਜ਼ਰਾ ਤਸ਼ਰੀਫ ਲਿਆਓ ਅਤੇ ਇਹ ਵੀ ਤੁਹਾਡਾ ਇੱਕ ਰਿਸ਼ਤਾ ਹੈ ਜਿਹਦਾ ਸਾਨੂੰ ਪਤਾ ਹੈ ਕਿ ਉਹਨਾਂ ਨੇ ਤੁਹਾਨੂੰ ਮੂੰਹ ਬੋਲਾ ਬੇਟਾ ਬਣਾਇਆ ਅੱਜ ਫਿਰ ਇੱਕ ਮੁਲਾਕਾਤ ਹੈ ਜਿਹੜੀ ਇੱਕ ਮੂੰਹ ਬੋਲੇ ਬੇਟੇ ਦੀ ਅਤੇ ਬਾਪ ਦੀ ਕਰਤਾਰਪੁਰ ਇਹ ਵੀ ਵੇਖੋ ਕੁਦਰਤ ਦਾ ਇੱਕ ਬੜਾ ਵੱਡਾ ਨਿਜ਼ਾਮ ਹੈ ਕਿ ਦੋ ਜਗ੍ਹਾ ਦੇ ਰਹਿਣ ਵਾਲੇ ਜਿਹੜੇ ਨੇ ਉਹ ਇਸ ਮੂੰਹ ਬੋਲੀ ਗੱਲ ਨੂੰ ਨਿਭਾਉਂਦੇ ਨੇ ਤੁਸੀਂ ਉੱਧਰੋਂ ਤਸ਼ਰੀਫ ਲਿਆਏ ਹੋ ਜੋ ਕਿ ਤੁਹਾਡੇ ਮਜ਼ਹਬੀ ਰਸੂਮਾਂ ਦੇ ਨਾਲ ਨਾਲ ਇੱਕ ਮੁਕੱਦਸ ਜਗ੍ਹਾ 'ਤੇ ਆਉਣ ਦੇ ਨਾਲ ਨਾਲ ਇਹਨਾਂ ਆਪਣੇ ਰਿਸ਼ਤਿਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਅਸੀਂ ਚੌਧਰੀ ਸਾਹਿਬ ਨਾਲ ਵੀ ਥੋੜ੍ਹੀ ਜਿਹੀ ਗੱਲ ਕਰ ਰਹੇ ਹਾਂ ਜੀ ਅਤੇ ਤੁਹਾਡਾ ਰਿਸ਼ਤਾ ਪੁਰਾਣਾ ਦੇਰ ਦਾ ਮੇਰਾ ਖਿਆਲ ਹੈ ਸਾਨੂੰ 2004 'ਚ ਤੁਹਾਡਾ ਇਹਨਾਂ ਦਾ ਰਿਸ਼ਤਾ ਬਣ ਗਿਆ ਮੇਰੀ ਵੀ ਕਦੀ ਕਦੀ ਜਦੋਂ ਤੁਹਾਡੇ ਨਾਲ ਗੱਲ ਹੁੰਦੀ ਤੁਸੀਂ ਜੋ ਚੌਧਰੀ ਸਾਹਿਬ ਦਾ ਜ਼ਿਕਰ ਕਰਦੇ ਹੋ ਨਾ ਜੀ ਅਤੇ ਤੁਹਾਡੇ ਅੰਦਰ ਉਹੀ ਜਜ਼ਬਾ ਹੁੰਦਾ ਜੋ ਇੱਕ ਬੇਟੇ ਦਾ ਬਾਪ ਵਾਸਤੇ ਹੁੰਦਾ ਚੌਧਰੀ ਸਾਹਿਬ ਜ਼ਰਾ ਤਸ਼ਰੀਫ ਲਿਆਉਣਾ ਜੀ ਚੌਧਰੀ ਮੁਹੰਮਦ ਆਸ਼ਿਕ ਗੋਵਿੰਦਲ ਸਾਹਿਬ ਮੇਰੇ ਕੋਲ ਬੈਠੇ ਨੇ ਜੀ ਜ਼ਿਲ੍ਹਾ ਗੁਜਰਾਂਵਾਲੇ ਦੀ ਮਰੂਫ ਸ਼ਖਸੀਅਤ ਨੇ ਤਸੀਲ ਨਸ਼ਹਿਰਾ ਬਿਰਕਾਂ ਦੇ ਮੈਂ ਇੱਕ ਵਾਰੀ ਇਹਨਾਂ ਕੋਲ ਹਾਜ਼ਰ ਵੀ ਹੋਇਆ ਸਾਂ ਉਹ ਮੇਰੀ ਵੀਡੀਓ ਹੈ ਇਹਦੇ 'ਤੇ ਅੱਜ ਅਸੀਂ ਤੁਹਾਨੂੰ ਇੱਥੇ ਇੱਕ ਅਤੇ ਦੋ ਰਿਸ਼ਤੇ ਵਿਖਾਉਣ ਲੱਗੇ ਇਹ ਵਿਰਕ ਸਾਹਿਬ ਨੇ ਜੀ ਇਹ ਚੌਧਰੀ ਆਸ਼ਿਕ ਗੋਵਿੰਦਲ ਸਾਹਿਬ ਨੇ ਇਹ ਅੰਮਾ ਜੀ ਨੇ ਕੀ ਨਾਮ ਅੰਮਾ ਜੀ ਦਾ ਜੀ ਗਫੂਰ ਅਹਿਮਦ ਇਹ ਤੁਹਾਡੇ ਸਾਹਮਣੇ ਵਿਰਕ ਸਾਹਿਬ ਬੈਠੇ ਨੇ ਇਹਨਾਂ ਨੇ 75 ਸਾਲ ਦੀਆਂ ਤਲਖੀਆਂ ਨੂੰ ਉਹ ਜਿਹੜਾ ਇੱਕ ਤੂਫਾਨ ਆਇਆ ਸੀ ਜਿਹੜੀ ਹਨੇਰੀ ਆਈ ਸੀ ਉਹਨੂੰ ਇੱਕ ਐਸੀ ਮੁਹੱਬਤ 'ਚ ਬਦਲਿਆ ਕਿ ਇਹਨਾਂ ਅੰਮਾ ਜੀ ਨੂੰ ਫੁੱਫੀ ਆਖਿਆ ਅਤੇ ਇਹਨਾਂ ਨੂੰ ਆਪਣੇ ਵਾਲਿਦ ਸਾਹਿਬ ਕਿਹਾ ਉਹਨਾਂ ਨੂੰ ਫੁੱਫੀ ਦਾ ਦਰਜਾ ਦਿੱਤਾ ਇਹਨਾਂ ਨੂੰ ਵਾਲਿਦ ਕਿਹਾ ਔਰ ਮੈਨੂੰ ਥੋੜ੍ਹਾ ਜਿਹਾ ਇਲਮ ਇਸ ਗੱਲ ਦਾ ਕਿ ਚੌਧਰੀ ਜੀ ਹੁਣ ਅਸੀਂ ਇੰਟਰਵਿਊ ਦੇ ਲਈਏ ਬੇਟੀਆਂ ਨੇ ਮੈਂ ਤੇਰੀ ਵੈਲਕਮ ਕਰਨੀ ਸੀ ਬਾਰਾਂ ਵਾਲਾਂ ਨੂੰ ਇੱਧਰ ਹੀ ਆ ਜਾਓ ਆ ਜਾ ਇੱਥੇ ਨਾਲ ਹੀ ਚਲੋ ਕਹੋ ਜੀ ਮੌਲਾਨਾ ਸਾਹਿਬ ਵਿਰਕ ਸਾਹਿਬ ਤੁਹਾਡਾ ਨਾਮ ਕੀ ਹੈ ਜੀ ਸੁਖਵਿੰਦਰ ਸਿੰਘ ਵਿਰਕ ਸੁਖਵਿੰਦਰ ਸਿੰਘ ਵਿਰਕ ਸਾਹਿਬ ਜਿਹੜੇ ਨੇ ਉਹ ਇਹਨਾਂ ਦੀ ਉਮਰ ਛੋਟੀ ਹੈ ਲੇਕਿਨ ਇਹਨਾਂ ਨੇ ਕਿੱਡਾ ਵੱਡਾ ਅਮਲ ਕੀਤਾ ਕਿ ਇਸ ਲਕੀਰ ਤੋਂ ਆਰ ਪਾਰ ਇੱਕ ਐਸੇ ਰਿਸ਼ਤੇ ਬਣਾਏ ਨੇ ਜਿਹੜੇ ਖੂਨ ਦੇ ਤਾਂ ਹੁੰਦੇ ਨੇ ਲੇਕਿਨ ਇਹਨਾਂ ਜਜ਼ਬਿਆਂ ਦੇ ਬਣਾਏ ਨੇ ਅਤੇ ਸਾਬਤ ਕੀਤਾ ਵਿਰਕ ਸਾਹਿਬ ਇਹ ਤੁਹਾਡੇ ਅੰਦਰ ਜਿਹੜੀ ਕਿਉਂਕਿ ਤੁਹਾਡੀ ਪੈਦਾਇਸ਼ ਤੋਂ ਬਾਅਦ ਦੀ ਇਹ ਜਜ਼ਬਾ ਦੋਨੇ ਪਾਸੇ ਮੇਲ ਜੋਲ ਦਾ ਅਤੇ ਇਹਨਾਂ ਰਿਸ਼ਤਿਆਂ ਨੂੰ ਬਣਾਉਣਾ ਔਰ ਫਿਰ ਨਿਭਾਉਣਾ ਕਿਉਂ ਪੈਦਾ ਹੋਇਆ ਕੀ ਵਜ੍ਹਾ ਇਹ ਬਸ ਜੀ ਫਿਰ ਖੂਨ 'ਚ ਹੀ ਹੁੰਦਾ ਨਾ ਜਿਹੜਾ ਆਪਾਂ ਨੂੰ ਬਜ਼ੁਰਗਾਂ ਤੋਂ ਕੋਈ ਵਿਰਾਸਤ ਮਿਲਦੀ ਹੈ ਮੇਰੇ ਤਾਇਆ ਜੀ ਸਨ ਸਰਦਾਰ ਬਲਕਾਰ ਸਿੰਘ ਵਿਰਕ ਜੀ ਮੈਂ ਛੋਟਾ ਹੁੰਦਾ ਉਹਨਾਂ ਦੇ ਨਾਲ ਬਾਬਾ ਮੇਰਾ ਉੱਠਣ ਪਿਆ ਪਿਆਰ ਸੀ ਜ਼ਿਆਦਾ ਉਹਨਾਂ ਕੋਲ ਜਦੋਂ ਵੀ ਰਾਤ ਨੂੰ ਬਹਿਣਾ ਅਤੇ ਉਹਨਾਂ ਨੇ ਕਮੋਲੀ ਦੀਆਂ ਗੱਲਾਂ ਸੁਣਾਉਣੀਆਂ ਸਾਡਾ ਉੱਥੇ ਪਿਆਰ ਮੁਹੱਬਤ ਜ਼ਮੀਨ ਜਾਂ ਉਸ ਦੌਰ ਦੀਆਂ ਵੀ ਉਹਨਾਂ ਨੇ ਗੱਲਾਂ ਸੁਣਾਉਣੀਆਂ ਵੀ ਉਦੋਂ ਚਲੋ ਦੋਵਾਂ ਪਾਸੇ ਹੀ ਹੋਇਆ ਜੀ ਉਹ ਬਸ ਗੱਲਾਂ ਸੁਣਦੇ ਸੁਣਦੇ ਫਿਰ ਮੇਰੇ 'ਚ ਜਨੂੰਨ ਜਿਹਾ ਪੈਦਾ ਹੋ ਗਿਆ ਵੀ ਮੈਂ ਉੱਥੇ ਤਮੋਲੀ ਜ਼ਰੂਰ ਜਾਵਾਂ ਉਹ ਫਿਰ ਸਬੱਬ ਬਣਿਆ ਜੀ ਆ ਅਜੀਮ ਚੀਮਾ ਸਾਹਿਬ ਸਾਡੇ ਰਿਸ਼ਤੇਦਾਰ ਨੇ ਇਹ ਇੰਡੀਆ ਆਏ ਸਾਡੇ ਕੋਲ ਮੈਚ ਵੇਖਣ ਅਤੇ ਇਹਨਾਂ ਨੇ ਫਿਰ ਮੈਨੂੰ ਬੁਲਾਇਆ ਜੀ ਇੱਥੇ ਉਹਨਾਂ ਦੀ ਇਨਵੀਟੇਸ਼ਨ 'ਤੇ ਮੈਂ ਉਦੋਂ ਆਇਆ ਸੀ ਫਿਰ ਚਾਚਾ ਜੀ ਨਾਲ ਮੁਲਾਕਾਤ ਹੋ ਗਈ ਅਤੇ ਫਿਰ ਬਸ ਉਦੋਂ ਦਾ ਇਹ ਸਿਲਸਿਲਾ ਕੰਟੀਨਿਊ ਚੱਲਦਾ ਜੀ ਅਸੀਂ ਤੁਹਾਨੂੰ ਬੜਾ ਐਪਰੀਸ਼ੀਏਟ ਕਰਦੇ ਹਾਂ ਜੀ ਅਤੇ ਗੋਵਿੰਦਲ ਸਾਹਿਬ ਕੋਲ ਵੀ ਮੈਂ ਗਿਆ ਸਾਂ ਗੋਵਿੰਦਲ ਸਾਹਿਬ ਕੋਲ ਇੰਟਰਵਿਊ ਲਿਆ ਸੀ ਇਹਨਾਂ ਦੇ ਅੰਦਰ ਵੀ ਉਹੀ ਜਜ਼ਬਾ
ਉਹੀ ਗੁਫ਼ਤਗੂ ਦਾ ਅੰਦਾਜ਼, ਉਹੀ ਸ਼ਫਕਤ, ਉਹੀ ਮੁਹੱਬਤ ਜਿਹੜੀ ਬੇਟੇ ਵਾਸਤੇ ਹੁੰਦੀ ਹੈ। ਦੋ ਚਾਰ ਅਲਫਾਜ਼ ਗੋਵਿੰਦਰ ਸਾਹਿਬ ਜੀ ਤੁਹਾਡੇ ਕੋਲ ਵੀ ਸੁਣਨਾ ਚਾਹਾਂਗੇ। ਇਹਨਾਂ ਦੇ ਨਾਲ ਮਨੀਸ਼ ਸਾਹਿਬ ਨਾਲ ਆਵਾਜ਼ ਘੱਟ ਕਰੋ, ਤੁਹਾਡਾ ਰਿਸ਼ਤਾ ਬਣਿਆ ਔਰ ਬਾਪ ਬੇਟੇ ਦਾ ਰਿਸ਼ਤਾ ਬਣਿਆ, ਤੁਸੀਂ ਵੀ ਉਹਨੂੰ ਉਸ ਤਰ੍ਹਾਂ ਮਹਿਸੂਸ ਕਰਦੇ ਹੋ, ਅਤੇ ਤੁਸੀਂ ਜ਼ਰਾ ਸਾਨੂੰ ਦੱਸੋ ਕਿ ਤੁਹਾਡੇ ਅੰਦਰ ਇਹ ਜਜ਼ਬਾ ਬੜੀ ਵੱਡੀ ਗੱਲ ਹੈ ਜੀ ਜੀ, ਕਿ ਇੰਨੀ ਤਲਖੀ ਵਾਲੀ ਲਕੀਰ ਜਿਹੜੀ ਇਹਦੇ ਆਰ ਪਰ ਇੰਨੀ ਮੁਹੱਬਤ ਵਾਲੇ ਲੋਕ ਹੋਣ, ਇਹ ਕਿਸ ਤਰ੍ਹਾਂ ਹੋਇਆ? ਇਹ ਇੰਜੀ ਜੀ ਜਿਹੜੇ ਸਾਡੇ ਬਜ਼ੁਰਗ ਸਨ ਨਾ ਵੱਡੇ ਵਡੇਰੇ, ਕਿਉਂਕਿ ਉਹ ਇਹਨਾਂ ਦੀਆਂ ਵੱਡਿਆਂ ਵਡੇਰਿਆਂ ਨਾਲ ਖੁਸ਼ੀਆਂ ਗਮੀਆਂ ਨਵੀਆਂ ਇਕੱਠੀਆਂ, ਉਹ ਜਦੋਂ ਵੀ ਬਹਿੰਦੇ ਸਨ ਨਾ ਅਤੇ ਉਹ ਇਹ ਗੱਲਾਂ ਕਰਦੇ ਹਨ ਸਾਡੀਆਂ ਮਾਈਆਂ ਦਾਦੀਆਂ ਨਾਨੀਆਂ, ਕਿ ਉਹ ਬੜੇ ਚੰਗੇ ਸਨ ਸਰਦਾਰ, ਅਤੇ ਫਿਰ ਪਰੇਸ਼ਾਨ ਸਾਂ ਕਿ ਐਡੇ ਚੰਗੇ ਲੋਕ ਸਨ ਅਤੇ ਇੱਥੋਂ ਗਏ ਕਿਉਂ, ਅਤੇ ਜੇ ਗਏ ਨੇ ਤਾਂ ਜਿਹੜਾ ਉਹ ਇਲਜ਼ਾਮ ਹੈ ਇਹ ਆ ਜਿਹੜੇ ਮੁਸਲੇ ਨੇ ਜੀ, ਇਹਨਾਂ ਵੱਡੇ ਬੜੇ ਅਤੇ ਨਾ ਫੰਡੇ ਬੜੇ ਅਤੇ ਨਾ ਇਹ ਕੀਤਾ ਇਹਨਾਂ ਵੋ ਕੀਤਾ, ਇਹ ਚੀਜ਼ਾਂ ਜਿਹੜੀਆਂ ਨੇ ਮੈਨੂੰ ਬੜਾ ਤੰਗ ਕਰਨ ਕਹਿ ਕੇ ਆ ਕਰ ਲੈਣਗੇ ਫਿਰ ਸਾਡਾ ਕੀ ਵਿਗੜਾ ਜੀ ਜੀ। ਉਹ ਬੜਾ ਨਾ ਇਹਨਾਂ ਇਹਨਾਂ ਚੀਜ਼ਾਂ ਨੂੰ ਮੈਂ ਬੜਾ ਮਹਿਸੂਸ ਕਰਦਾ ਜੀ ਜੀ। ਉਂਝ ਮੇਰੇ ਉੱਥੇ ਹੋਰ ਵੀ ਬਹੁਤ ਸਾਰੇ ਲਿੰਕ ਸਨ ਲੋਕਾਂ ਨਾਲ, ਇਤਫਾਕ ਨੇ ਸਾਡੇ ਪੰਡੀਰ ਦਾ ਮੇਲਾ ਲੱਗਦਾ। ਅੱਛਾ ਜੀ। ਇਹ ਅਜ਼ੀਮ ਚੀਮੇਰਾਂ ਦੇ ਨਾਲ ਇਹ ਗੱਡੀ 'ਚ ਬੈਠੇ ਸਨ, ਉਹ ਜਿੱਥੇ ਜਿਹੜੀ ਸੜਕ 'ਤੇ ਨਾ ਜਾਣਾ ਸੀ ਮੇਲੇ ਨੂੰ ਉਹ ਸੜਕ 'ਤੇ ਨਾ ਗਏ, ਇਹ ਉਹ ਸੜਕ 'ਤੇ ਪੈ ਗਏ ਜਿਹੜੀ ਮੇਰੇ ਡੇਰੇ ਵਾਲਾ ਜੀ। ਉਸ ਵੇਲੇ ਜ਼ਰਾ ਸਾਡੇ ਹਾਲਾਤ ਠੀਕ ਨਹੀਂ ਸਨ, ਗਨ ਮੈਨ ਮੇਰੇ ਪੰਜ ਸੱਤ ਬਾਹਰ ਬੈਠੇ ਹੁੰਦੇ ਸਨ ਡੇਰੇ ਦੇ, ਉਹ ਜਦੋਂ ਉਹਨਾਂ ਇਹਨਾਂ ਦੀ ਗੱਡੀ ਵੇਖੀ ਅਤੇ ਉਹਨਾਂ ਗੱਡੀ ਵਾਲੇ ਨੂੰ ਜ਼ਬਰਦਸਤੀ ਜਾਂਦਾ ਸੀ ਘਰ, ਮੈਂ ਇਸ ਪਾਕਿਸ਼ਾਹ ਕੇ ਦਾੜੀ ਛਾੜੀ ਜਦੋਂ ਕੋਨੀ ਸੀ ਉਦੋਂ ਇੱਥੇ ਇੱਕ ਮੁੰਡਾ ਆਇਆ, ਮੈਨੂੰ ਉਹ ਕਦੀ ਕਦੀ ਉਹਦਾ ਉੜੀਆ ਮਹਿਸੂਸ ਹੁੰਦਾ, ਮੈਂ ਇਹਦੇ ਚਿਹਰੇ ਤੋਂ ਵੇਖਿਆ ਮੈਨੂੰ ਮਹਿਸੂਸ ਹੋਇਆ ਕਿ ਇਹ ਘਬਰਾ ਗਿਆ ਵੀ ਇਹ ਪਾਕਿਸਤਾਨ ਹੈ ਅਤੇ ਅੱਗੇ ਮਾਂ ਜਾਣੇ ਗੁੰਡੇ ਵੀ ਬੈਠੇ ਨੇ, ਪਤਾ ਨਹੀਂ ਕੌਣ ਮੇਰੇ ਨਾਲ ਕੀ ਕਰਨਾ। ਮੈਂ ਉਸ ਵੇਲੇ ਇੱਕ ਜੁੱਤੀ ਦਾ ਪੈਰ ਪਾਇਆ ਅਤੇ ਇੱਕ ਅਜੇ ਨਹੀਂ ਪਾਇਆ, ਅਤੇ ਮੈਂ ਉੱਥੋਂ ਨੱਸਿਆ, ਮੈਂ ਕਿਹਾ ਤੇਰੀ ਮਾਂ ਨੂੰ ਤੇਰੇ ਫਲਾਣੇ ਟਮਕਾਣਿਆ, ਮੈਂ ਤੈਨੂੰ ਲੱਭਦਾ ਫਿਰਨਾ 47 ਦਾ, ਇਹਨੇ ਹਿਸਾਬ ਲਾ ਲਿਆ ਵੀ ਇਹ ਮੇਰਾ ਕੋਈ ਜ਼ਾਤੀ ਰਿਸ਼ਤੇਦਾਰ ਜਿਹੜਾ ਗਾਲਾਂ ਪੈ ਕੱਢਦਾ ਮੈਨੂੰ ਬੜੇ ਪਿਆਰ ਦੀ, ਇਹਦਾ ਚਿਹਰਾ ਕੋਈ ਠੀਕ ਹੋ ਗਿਆ, ਮੈਂ ਉਤਾਰਿਆ ਇਹਨੂੰ ਸਿਰ ਮੂੰਹ ਚੁੰਮਿਆ ਇਹਦਾ, ਇਹਨੂੰ ਪੁੱਛਿਆ ਉਸ ਮੈਨੂੰ ਦੱਸਿਓ ਵੀ ਮੈਂ ਇੱਥੇ ਚੀਮਿਆਂ ਦੇ ਨਾਲ ਆਇਆ ਮੇਲਾ ਵੇਖ, ਚਲੋ ਅੱਲਾ ਕੀਤਾ ਅਤੇ ਮੇਲਾ ਸ਼ੇਲਾ ਵੇਖ ਕੇ ਆਏ, ਮੈਂ ਕੋਸ਼ਿਸ਼ ਕੀਤੀ ਕਿ ਤੂੰ ਰਾਤ ਇੱਥੇ ਰਹੋ, ਇਹਨੇ ਆਖਿਆ ਨਹੀਂ ਮੈਂ ਰਹਿਣਾ ਨਹੀਂ, ਮੈਨੂੰ ਪਿਛਲੇ ਮੇਰੇ ਵੱਡੇ ਵੱਡੇ ਦੇ ਡੱਟਦੇ ਹਨ ਨਾਈਨ ਜੇ ਪਾਕਿਸਤਾਨ, ਅਤੇ ਮੈਂ ਉਹਨਾਂ ਤੋਂ ਚੋਰੀ ਛੱਪੀ ਇੱਧਰ ਪਾਕਿਸਤਾਨ ਆਇਆ। ਚਲੋ ਮੈਂ ਕਿਹਾ ਤੈਨੂੰ ਕੈਸਾ ਲੱਗਾ ਸਾਡਾ ਕੋਈ ਗਾਲਾਂ ਸ਼ਾਲਾਂ ਚੰਗੀਆਂ ਲੱਗੀਆਂ ਨੇ, ਇਹਨੇ ਆਖਿਆ ਮੈਂ ਹੁਣ ਕੁਝ ਨਹੀਂ ਕਰਦਾ ਮੈਂ ਜਾ ਕੇ ਦੱਸਾਂਗਾ। ਖੈਰ ਵਾਪਸ ਗਿਆ ਇਹਨੇ ਜਾ ਕੇ ਉੱਥੋਂ ਮੈਨੂੰ ਫੋਨ ਕੀਤਾ ਕਿ ਜੀ ਮੈਂ ਇੱਕ ਹੀ ਗੱਲ ਕਰਨਾ ਕਿ ਉੱਧਰ ਮੇਰਾ ਇੱਕ ਬਾਪ ਹੈ ਅਤੇ ਇੱਕ ਮੇਰਾ ਬਾਪ ਹੈ, ਮੈਨੂੰ ਫਿਰ ਕਿਉਂਕਿ ਉਸ ਤੋਂ ਪਹਿਲਾਂ ਵੀ ਮੈਂ ਇੰਡੀਆ ਜਾਣ ਦਾ ਕਦੀ ਬਰਾ ਪ੍ਰੋਗਰਾਮ ਬਣਾਉਂਦਾ, ਪਰ ਮੇਰੇ ਕੋਲ ਐਸਾ ਕੋਈ ਰਿਸ਼ਤਾ ਨਹੀਂ ਸੀ ਜਿਹਦੇ ਉੱਤੇ ਮੈਂ ਇਤਮਾਦ ਕਰ ਰਿਹਾ ਸੀ। ਉਹ ਫਿਰ ਜਦੋਂ ਇਸ ਮੈਨੂੰ ਇਹ ਗੱਲ ਆਖੀ ਅਤੇ ਫਿਰ ਆਹਿਸਤਾ ਆਹਿਸਤਾ ਮੈਨੂੰ ਇਹਨੇ ਉੱਧਰ ਸੱਦਿਆ ਅਤੇ ਮੈਨੂੰ ਇਹ ਵਾਕਈ ਸਾਬਿਤ ਕਰਾਇਆ ਕਿ ਮੈਂ ਤੇਰਾ ਪੁੱਤਰ। ਹੁਣ ਵੀ ਮੇਰੇ ਉੱਥੇ ਜਿੰਨਿਆਂ ਲੋਕਾਂ ਨਾਲ ਤਲਕਾਤ ਨੇ ਉਹਨਾਂ ਨੂੰ ਮੈਂ ਨਾ ਕਿ ਇੰਡੀਆ ਦੇ ਵਿੱਚ ਅਗਰ ਕੰਮ ਸ਼ੰਮ ਤੁਸੀਂ ਮੇਰਾ ਕੋਈ ਕਰਨਾ ਉਹ ਪਹਿਲਾਂ ਹੈ ਮੇਰਾ ਪੁੱਤਰ ਹੈ, ਇਹਦੀ ਗੱਲ ਮੈਨੂੰ ਹੋਰ ਵੀ ਇਤਫਾਕ ਹੋਇਆ ਮੁੰਡਿਆਂ ਨੂੰ ਜਿਗਰ ਦਾ ਸਿਸਟਮ ਚਲਾਉਣ ਵਾਸਤੇ। ਉਹ ਜਦੋਂ ਵੀ ਮੈਂ ਉੱਥੇ ਕਦੀ ਗਿਆ ਅਤੇ ਇਹ ਗੱਲ ਚਲੋ ਮੈਨੂੰ ਖੁੱਲ੍ਹੀ ਤਾਂ ਨਹੀਂ ਕਹਿਣੀ ਚਾਹੀਦੀ ਕਿਉਂਕਿ ਇੱਕ ਦੋ ਖਾਨਦਾਨ ਹਿੰਦੂ ਨੇ ਜਿਹੜੇ ਬੜੇ ਤਗੜੇ ਅਤੇ ਜ਼ਬਰਦਸਤ ਨੇ, ਮਗਰ ਮੈਨੂੰ ਜਦੋਂ ਵੀ ਮੈਂ ਗਿਆ ਇਹਨਾਂ ਸਿੱਖਾਂ ਤੋਂ ਉਹਨਾਂ ਹਿੰਦੂਆਂ ਰਲ ਕੇ ਵੀਹ ਪੰਜੀ ਪੰਜੀ ਬੋਤਲਾਂ ਮਰੀਜ਼ਾਂ ਵਾਸਤੇ ਖੂਨ, ਮੈਂ ਤਾਂ ਇਸ ਗੱਲ ਨੂੰ ਨਹੀਂ ਸਮਝਦਾ। ਮਜ਼ਹਬ ਫਿਰਕੇ ਇੱਕ ਹੈ ਕਿ ਤੁਹਾਡੇ ਜੇ ਅਗਰ ਇਨਸਾਨ ਨਹੀਂ ਹੈ ਤਾਂ ਤੁਸੀਂ ਕਿਸੇ ਮਜ਼ਹਬ ਦੇ ਹੋ ਕਿਸੇ ਫਿਰਕੇ ਦੇ ਹੋ, ਅਤੇ ਤੁਹਾਡੇ ਨਾਲ ਇਨਸਾਨੀ ਤੌਰ 'ਤੇ ਹਮਦਰਦੀ ਦੇ ਤੌਰ 'ਤੇ ਤੁਹਾਡੇ ਨਾਲ ਤਲਕ ਹੋਣਾ ਚਾਹੀਦਾ, ਪਰ ਤੁਹਾਡੇ ਕੋਲੋਂ ਕਦੀ ਵੀ ਕੁਤਾਹੀ ਨਹੀਂ ਹੋਵੇਗੀ, ਬਰਿਆਈ ਨਹੀਂ ਹੋਵੇਗੀ, ਤੁਸੀਂ ਖਾ ਕਿਸੇ ਵੀ ਮਜ਼ਹਬ ਦੇ ਹੋ। ਇਸ ਵਾਸਤੇ ਜੀ ਮੇਰਾ ਤਾਂ ਉਦੋਂ ਤੋਂ ਇਹ ਪੁੱਤਰ ਹੈ, ਅਸੀਂ ਇੱਧਰ ਪੰਜਾਬ ਵਿੱਚ ਵੀ ਲੋਕਾਂ ਨੂੰ ਇਹੀ ਤਾਲਬ ਹੈ ਇੰਡੀਆ 'ਚ ਇਹਦਾ ਇੱਕ ਪੁੱਤਰ ਹੈ। ਅਸੀਂ ਜੀ ਗੋਵਿੰਦਲ ਸਾਹਿਬ ਤੁਹਾਨੂੰ ਵਿਰਕ ਸਾਹਿਬ ਨੂੰ ਖਾਸ ਤੌਰ 'ਤੇ ਵਿਰਕ ਸਾਹਿਬ ਨੇ ਇਹ ਅੰਮਾ ਜੀ ਨੂੰ ਜਿਹੜਾ ਰਿਸ਼ਤਾ ਦਿੱਤਾ ਉਹਦੀ ਇਹਨਾਂ ਨੂੰ ਬਹੁਤ ਸ਼ਾਬਾਸ਼ ਦਿੰਦੇ ਹਾਂ ਔਰ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਇਸ ਰਿਸ਼ਤੇ 'ਚ ਬਰਕਤ ਪਾਵੇ, ਇਹ ਤਲਖੀਆਂ ਖਤਮ ਹੋਣ ਅਤੇ ਵਿਰਕ ਸਾਹਿਬ ਵਰਗੇ ਲੋਕ ਜਿਹੜੇ ਨੇ ਅਤੇ ਗੋਵਿੰਦਲ ਸਾਹਿਬ ਵਰਗੇ ਲੋਕ ਇੱਧਰ ਉੱਧਰ ਹੋ ਕੇ ਲੋਕਾਂ ਦੇ ਦਿਲਾਂ ਨਾਲ ਦਿਲਾਂ ਨੂੰ ਮਿਲਾਉਣ। ਬੜੀ ਮਿਹਰਬਾਨੀ, ਅਸਲਾਮ ਵਾਲੇਕੁਮ।
ਜੀ।